اللهم صل على محمد وعلى ال محمد. ما في جوليا داما في بلاد لايف شانل كوم خاتمه طبيعه اصلا موسم خارج موسم اج ديري جا دو بار بہت اٹھا ہے مٹی سب نا یہ پیا پیا کم سے اور دی فصل دے وچ کھڑا ہے بڑی لے لا کی فصل ہے ماشاءاللہ جی بھرپور ہے پھل نال اے تسی دیکھ سکتے ہو موسم بھی تھانوں دکھا رہے ہیں دیکھو ہر طرف نہری نے مٹی مٹی फसल भी अपने जिम्मेदार प्रवान है। यह देखो इंडिया नाल भरपूर है जी पौधे, किसी भी पौधे हर पौधा माशाल्लाह आखिर तक इंडिया नाल डोडियां नाल भरिया पिया वा। यह भी देखो पौधे वैरायटी है WS 32 और आज मैं थोड़ा गुलाबी सुंडी के बारे च मालूमत देंगा कि ਜਦੋਂ ਫੁੱਲਾਂ ਨੂੰ ਸ਼ੁਰੂ ਕਰਦੇ ਨੇ ਜੀ ਤੁਸੀਂ ਫੁੱਲਾਂ ਨੂੰ ਚੈੱਕ ਕਰਨਾ ਜਿਹੜਾ ਨਵਾਂ ਫੁੱਲ ਕੱਢਿਆ ਜੀ ਉਹ ਫੁੱਲ ਦਾ ਮੂੰਹ ਅਗਰ ਉੱਪਰੋਂ ਬੰਦ ਹੈਗਾ ਤਾਂ ਫਿਰ ਤੁਸੀਂ ਸਮਝ ਲਓ ਕਿ ਉਹਦੇ 'ਚ ਗੁਲਾਬੀ ਸੁੰਡੀ ਹੈਗੀ ਆ। ਉਹਨੂੰ ਖਰੋੜ ਕੇ ਦੇਖੋਗੇ, ਉਹਨੂੰ ਚੈੱਕ ਕਰੋਗੇ ਫੁੱਲ ਨੂੰ, ਫੁੱਲ ਦਾ ਮੂੰਹ ਖੋਲੋਗੇ ਤਾਂ ਫਿਰ ਉਹ ਤੁਹਾਨੂੰ ਗੁਲਾਬੀ ਸੁੰਡੀ ਅੰਦਰੋਂ ਬਿਲਕੁਲ ਮੌਜੂਦ ਮਿਲੇਗੀ। ਅਗਰ ਫੁੱਲ ਦਾ ਮੂੰਹ ਖੁੱਲ੍ਹਾ ਹੋਇਆ ਵਾ ਜਿਹੜਾ ਜਿਸ ਤਰ੍ਹਾਂ ਗੁਲਾਬ ਦਾ ਫੁੱਲ ਖਿੜਿਆ ਜਾਂਦਾ ਇਸ ਤਰ੍ਹਾਂ ਖਿੜਿਆ ਵਾ ਫਿਰ ਕੋਈ ਮਸਲਾ ਨਹੀਂ ਹੈ। ਇਹ ਫਸਲ ਨੂੰ ਆਪਣੇ ਚੈੱਕ ਕਰਦੇ ਰਿਹਾ ਕਰੋ, ਇਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੁਲਾਬੀ ਸੁੰਡੀ ਜਿਹੜੀ ਹੈਗੀ ਆ ਸਾਡੀ ਫਸਲ 'ਚ ਹੈ ਕਿ ਇੱਕ ਬਹੁਤ ਬੜਾ ਮਸਲਾ ਹੈ ਸਾਡੇ ਇਲਾਕੇ 'ਚ ਗੁਲਾਬੀ ਸੁੰਡੀ ਦਾ। ਔਰ ਇਹਦੇ ਵਾਸਤੇ ਮੈਂ ਤੁਹਾਨੂੰ ਦਵਾਈ ਵੀ ਦੱਸਾਂਗਾ ਇਨਸ਼ਾਅੱਲਾ। ਇਹ ਦੇਖੋ ਜਿਸ ਤਰ੍ਹਾਂ ਇਹ ਫੁੱਲ ਹੈ ਜੀ, ਇਹ ਖੁੱਲ੍ਹਿਆ ਹੋਇਆ ਮੂੰਹ ਇਹਦਾ। ਅਗਰ ਕੋਈ ਫੁੱਲ ਦਾ ਮੂੰਹ ਬੰਦ ਹੈ ਤਾਂ ਸਮਝ ਲਓ ਉਹਦੇ 'ਚ ਗੁਲਾਬੀ ਸੁੰਡੀ ਹੈ। ਗੁਲਾਬੀ ਸੁੰਡੀ ਇੱਕ ਲੇਸਦਾਰ ਮਾਦਾ ਛੱਡਦੀ ਹੈ ਜਿਹਦੀ ਵਜ੍ਹਾ ਨਾਲ ਉਹਦਾ ਫੁੱਲ ਦਾ ਮੂੰਹ ਉੱਪਰ ਬੰਦ ਹੋ ਜਾਂਦਾ, ਜਿਸ ਤਰ੍ਹਾਂ ਮੂੰਹ ਲੱਗ ਜਾਂਦੀ ਹੈ ਲੇਸ ਲੱਗ ਜਾਂਦੀ ਆ, ਬੰਦ ਹੋ ਜਾਂਦਾ, ਅੰਦਰ ਬੈਠੀ ਰਹਿੰਦੀ ਆ, ਉਹ ਖਾਂਦੀ ਰਹਿੰਦੀ ਆ, ਫਿਰ ਉੱਥੇ ਟੀਂਡਾ ਬਣਦਾ, ਟੀਂਡੇ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ ਔਰ ਉਹ ਟੀਂਡੇ ਦੀ ਪੁੱਟੀ ਨੂੰ ਜਿਹੜਾ ਹੈ ਨਾ ਜੀ ਉਹ ਰੂਈ ਨੂੰ ਖਰਾਬ ਕਰ ਦਿੰਦੀ ਹੈ ਔਰ ਸਾਡੀ ਫਸਲ ਜਿਹੜੀ ਹੈ ਨਾ ਜੀ ਬਿਲਕੁਲ ਖਰਾਬ ਹੋ ਜਾਂਦੀ ਆ। ਉਹ ਮਾਰਕੀਟ ਦੇ ਵਿੱਚ ਸੇਲ ਦੇ ਕਾਬਲ ਨਹੀਂ ਰਹਿੰਦੀ, ਅਸੀਂ ਉਹਨੂੰ ਵੇਚ ਨਹੀਂ ਸਕਦੇ, ਉਹਦੀ ਕੁਆਲਿਟੀ ਦੇ ਵਿੱਚ ਬਹੁਤ ਫਰਕ ਆ ਜਾਂਦਾ। ਉਹਦੇ ਵਾਸਤੇ ਮੈਂ ਦਵਾਈ ਤੁਹਾਨੂੰ ਦੱਸਣ ਲੱਗਾ, ਦਵਾਈ ਜਿਹੜੀ ਹੈ ਨਾ ਜੀ ਉਹ ਗੁਲਾਬੀ ਸੁੰਡੀ ਵਾਸਤੇ ਟ੍ਰਾਈਆਜ਼ੋਫਾਸ ਔਰ ਉਹਦੇ ਵਿੱਚ ਸਾਈਪਰਮੈਥ੍ਰੀਨ। ਕੋਈ ਵੀ ਕਿਸੇ ਕੰਪਨੀ ਦੀ ਸਾਈਪਰ, ਲੇਕਿਨ ਕੋਸ਼ਿਸ਼ ਕਰਨੀ ਅੱਛੀ ਕੰਪਨੀ ਦੀ ਸਾਈਪਰ ਲੈ ਕੇ ਉਹ ਲਾਜ਼ਮੀ ਇਸਤੇਮਾਲ ਕਰਨੀ ਹੈ। 100 ml ਫੀ ਟੈਂਕੀ ਇੱਕ ਸਾਈਪਰਮੈਥ੍ਰੀਨ ਔਰ 100 ml ਫੀ ਟੈਂਕੀ ਟ੍ਰਾਈਆਜ਼ੋਫਾਸ, ਇਹ ਦੋਨੋਂ ਦਵਾਈਆਂ ਇਸਤੇਮਾਲ ਕਰਨੀਆਂ। ਸਾਈਪਰਮੈਥ੍ਰੀਨ ਇਸ ਵਾਸਤੇ ਮੈਂ ਇਸਤੇਮਾਲ ਕਰਵਾ ਰਿਹਾ ਕਿ ਪਹਿਲੇ ਵਕਤਾਂ 'ਚ ਅਸੀਂ ਆਪਣੇ ਫਸਲਾਂ 'ਤੇ ਸਪਰੇਅ ਕਰਦੇ ਹੁੰਦੇ ਸੀ ਔਰ ਸਾਈਪਰਮੈਥ੍ਰੀਨ ਦਾ ਸਪਰੇਅ ਅਮੂਮਨ ਹੋ ਜਾਂਦਾ ਸੀ ਔਰ ਗੁਲਾਬੀ ਸੁੰਡੀ ਦਾ ਐਡਾ ਵੱਡਾ ਮਸਲਾ ਪੈਦਾ ਨਹੀਂ ਹੁੰਦਾ ਸੀ। ਸਾਡੇ ਇਲਾਕੇ ਦੇ ਵਿੱਚ ਜਿੰਨੀ ਵੀ ਕਾਟਨ ਹੈ ਇਹਦੇ 'ਤੇ ਅਮੈਰੀਕਨ ਚਿਤਕਰਵੀ ਲਸ਼ਕਰੀ ਸੁੰਡੀ ਦਾ ਅਟੈਕ ਜਿਹੜਾ ਖਤਮ ਹੋ ਗਿਆ ਅਤੇ ਉਹਦੇ ਵਿੱਚ ਫਿਰ ਜਨਾਬ ਅਸੀਂ ਸਾਈਪਰ ਦਾ ਇਸਤੇਮਾਲ ਛੱਡ ਦਿੱਤਾ ਔਰ ਗੁਲਾਬੀ ਸੁੰਡੀ ਜਿਹੜੀ ਆ ਉਹ ਜ਼ਿਆਦਾ ਐਕਟਿਵ ਹੋ ਗਈ ਹੈ। ਹੁਣ ਤੁਸੀਂ ਕੋਸ਼ਿਸ਼ ਇਹ ਕਰੋ ਕਿ ਗੁਲਾਬੀ ਸੁੰਡੀ ਨੂੰ ਖਤਮ ਕਰਨ ਵਾਸਤੇ ਸਾਈਪਰਮੈਥ੍ਰੀਨ ਟ੍ਰਾਈਆਜ਼ੋਫਾਸ ਦੇ ਵਿੱਚ ਲਾਜ਼ਮੀ ਸਪਰੇਅ ਕਰੋ, 2 ਰਿਪੀਟ ਸਪਰੇਅ ਕਰਕੇ ਉਸ ਤੋਂ ਬਾਅਦ ਕੋਈ ਇੱਕ ਹੋਰ ਸਪਰੇਅ ਕਰਕੇ ਫਿਰ ਤੀਸਰੇ ਸਪਰੇਅ ਜਾਂ ਚੌਥੇ ਸਪਰੇਅ ਦੇ ਵਿੱਚ ਟ੍ਰਾਈਆਜ਼ੋਫਾਸ ਸਾਈਪਰਮੈਥ੍ਰੀਨ ਲਾਜ਼ਮੀ ਇਸਤੇਮਾਲ ਕਰਨਾ ਹੈ। ਇਸ ਵਾਸਤੇ ਫਿਰ ਤੁਹਾਡੀ ਫਸਲ ਇਨਸ਼ਾਅੱਲਾ ਨਾ ਜੀ ਅੱਛੀ ਹੋ ਜਾਏਗੀ ਜਿਸ ਦੀ ਵਜ੍ਹਾ ਨਾਲ ਅਤੇ ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਪੈਦਾ ਹੋਏਗਾ ਔਰ ਅੱਛੀ ਕੀਮਤ ਇਨਸ਼ਾਅੱਲਾ ਮਾਰਕੀਟ ਮਿਲ ਜਾਏਗੀ। ਸਾਰੇ ਦੋਸਤਾਂ ਨੂੰ ਬੁਲਾ ਸਕਦੇ
ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਔਰ ਘੰਟੀ ਨੂੰ ਦਬਾਉਣ ਤੋਂ ਬਾਅਦ ਜਨਾਬ ਲਾਈਕ ਵੀ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਮੇਰੀ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਹੈ ਨਾ ਜੀ ਉਹ ਆਰਾਮ ਨਾਲ ਆਸਾਨੀ ਨਾਲ ਪਹੁੰਚਦੀ ਰਹੇ। ਅੱਲਾ ਪਾਕ ਤੁਹਾਡੇ ਰਿਜ਼ਕ ਦੇ ਵਿੱਚ ਇਜ਼ਾਫਾ ਕਰੇ, ਅੱਲਾ ਪਾਕ ਤੁਹਾਨੂੰ ਸਿਹਤ ਔਰ ਇਮਾਨ ਦੀ ਬਿਹਤਰੀਨ ਹਾਲਤਾਂ 'ਚ ਰੱਖੇ ਅਤੇ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਉਹ ਉਹਨਾਂ 'ਤੇ ਅਮਲ ਕਰੋ। ਇਨਸ਼ਾਅੱਲਾ ਕੋਟਨ ਦੀ ਫਸਲ ਬਹੁਤ ਜ਼ਬਰਦਸਤ ਰਹੇਗੀ। ਯੂਰੀਆ ਦਾ ਇਸਤੇਮਾਲ ਘੱਟ ਰੱਖਣਾ ਕਿਉਂਕਿ ਪੌਦਾ ਅਗਰ ਬੜੋਤਰੀ ਦੀ ਤਰਫ ਚਲਾ ਜਾਏ ਤਾਂ ਫਿਰ ਫਲ ਬਹੁਤ ਘੱਟ ਲੈਂਦਾ ਅਤੇ ਇਹਨੂੰ ਕੋਸ਼ਿਸ਼ ਕਰਨੀ ਹੈ ਨਾਈਟ੍ਰੋਫਾਸ ਜਾਂ ਅਮੋਨੀਅਮ ਨਾਈਟ੍ਰੇਟ ਜਿਹਨੂੰ ਅਸੀਂ ਮੁਲਤਾਨੀ ਗੁਆਰਾ ਵੀ ਕਹਿੰਦੇ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ। ਇਨਸ਼ਾਅੱਲਾ ਤੁਹਾਡੀ ਫਸਲ ਬਿਹਤਰ ਹੋ ਜਾਏਗੀ। ਅੱਲਾ ਹਾਫਿਜ਼।